ਬਾਦਸ਼ਾਹ ਦਾ ਦਰਬਾਰ ਲੱਗਾ ਹੁੰਦਾ ਇੱਕ ਬੰਦਾ ਆ ਕੇ ਕਹਿੰਦਾ ਕਿ ਬਾਦਸ਼ਾਹ ਸਲਾਮਤ ਪਰਦੇਸੀ ਆ ਨੌਕਰੀ ਚਾਹੀਦੀ ਹੂੰ ਬਾਦਸ਼ਾਹ ਪੁੱਛਦਾ ਕੀ ਕਰਨਾ ਤੂੰ ਕਹਿੰਦਾ ਮੈਂ ਸਿਆਸੀ ਆ ਉਸ ਦੌਰ ਦੇ ਵਿੱਚ ਸਿਆਸੀ ਸਿਆਣੇ ਬੰਦਨ ਕਿਹਾ ਜਾਂਦਾ ਸੀ ਨਾ ਕਿ ਅੱਜ ਵਾਲੇ ਸਿਆਸੀ ਜਿਹੜੇ ਹੂੰ ਬਾਦਸ਼ਾਹ ਕਹਿੰਦਾ ਕੰਮ ਤਾਂ ਕੋਈ ਨਹੀਂ ਉਹ ਬੰਦਾ ਕਹਿੰਦਾ ਬਾਦਸ਼ਾਹ ਸਲਾਮਤ ਬੜੀ ਦੂਰੋਂ ਆਇਆ ਵਾਂ ਰੋਜ਼ਗਾਰ ਤਾਂ ਬੜਾ ਮਸਲਾ ਹੈ ਤੁਹਾਡੀ ਮਿਹਰਬਾਨੀ ਕੋਈ ਸਿਲਸਿਲਾ ਕਰ ਦਿਓ ਬਾਦਸ਼ਾਹ ਕਹਿੰਦਾ ਚੱਲ ਫਰਾਂਚ ਕਰਨੇ ਆ ਕਿ ਮੇਰੇ ਘੋੜਿਆਂ ਦਾ ਜਿਹੜਾ ਅਸਤਬਲ ਹੈ ਨਾ ਜਿਹੜੇ ਹਾਸ ਘੋੜੇ ਨੇ ਮੇਰੇ ਉਹਦੇ ਵਿੱਚ ਤੈਨੂੰ ਨੌਕਰੀ ਦੇ ਦਿੰਨੇ ਆ ਤੇ ਤੂੰ ਉੱਥੇ ਫੇਰ ਕੰਮ-ਸ਼ਾਮ ਕਰ ਕਹਿੰਦਾ ਠੀਕ ਹੈ ਬਾਦਸ਼ਾਹ ਸਲਾਮਤ ਕੋਈ ਮਸਲਾ ਨਹੀਂ ਉਹ ਮੁਲਾਜ਼ਮ ਨੂੰ ਕਹਿੰਦਾ ਕਹਨੂੰ ਮੇਰੇ ਅਸਤਬਲ ਚ ਲਾਈ ਜਾ ਜਿੱਥੇ ਘੋੜੇ ਵੱਜੇ ਨੇ ਨਾ ਉੱਥੇ ਲਾਈ ਜਾ ਹੂੰ ਉੱਥੇ ਜਾ ਕੇ ਕੰਮ-ਸ਼ਾਮ ਕਰਨਾ ਸ਼ੁਰੂ ਕਰ ਦਿੰਦਾ ਕੁਝ ਹਰਸੇ ਬਾਅਦ ਬਾਦਸ਼ਾਹ ਨੂੰ ਬੁਲਾਉਂਦਾ ਹੈ ਕਹਿੰਦਾ ਵੀ ਹਣੀ ਦੇਰ ਹੋ ਗਈ ਤੈਨੂੰ ਮੇਰੇ ਅਸਤਬਲ ਦੇ ਵਿੱਚ ਕੰਮ ਕਰਦੇ ਆ ਤੇ ਸੁਣਾ ਮੇਰੇ ਘੋੜਿਆਂ ਦੇ ਬਾਰੇ ਹੂੰ ਕਿਹਾਲੇ ਤੇਰਾ ਘੋੜੇ ਠੀਕ ਨੇ ਤੇਰੇ ਵੀ ਸਿਆਣੇ ਬੁਨੇ ਦਾ ਪਤਾ ਚੱਲੇ ਕਹਿੰਦਾ ਬਾਦਸ਼ਾਹ ਸਲਾਮਤ ਅਗਰ ਜਾਨ ਦੀ ਮਾਨ ਪਾਵਾਂ ਨਾ ਤੇ ਗੱਲ ਕਰਾਂ ਬਾਦਸ਼ਾਹ ਕਹਿੰਦਾ ਘਰ ਕਹਿੰਦਾ ਬਾਦਸ਼ਾਹ ਸਲਾਮੋ ਜਿਹੜਾ ਤੁਹਾਡਾ ਘੋੜਾ ਹੈ ਨਾ ਉਹ ਅਸਲੀ ਨਹੀਂ ਉਹ ਨਾ ਉਹ ਨਸਲੀ ਬਾਦਸ਼ਾਹ ਨੂੰ ਬਹੁਤ ਗੁੱਸਾ ਲੱਗਦਾ ਕਿਉਂਕਿ ਬਾਦਸ਼ਾਹ ਉਸ ਦੌਰ ਦੇ ਅੰਦਰ ਬੜੀ ਬੜੀ ਦੁਰੋਂ ਘੋੜੇ ਮੰਗਵਾਉਂਦੇ ਸਨ ਔਰ ਜਿਹੜਾ ਅਸਲ ਔਰ ਨਸਲੀ ਘੋੜਾ ਰੱਖਿਆ ਜਾਂਦਾ ਸੀ ਬਾਦਸ਼ਾ ਜਿਹੜਾ ਹੈ ਨਾ ਜਿੰਨੇ ਅਸਤਬਲ ਨੂੰ ਸੰਭਾਲ ਲਿਆ ਹੁੰਦਾ ਜਿਹੜਾ ਮੇਨ ਉਹਦਾ ਕੋਆਰਡੀਨੇਟਰ ਜਿੰਨੇ ਉਹਦਾ ਖਿਆਲ ਰੱਖਿਆ ਹੁੰਦਾ ਹੈ ਨਾ ਸਾਰੇ ਅਸਤਬਲ ਦਾ ਉਹਨੂੰ ਬੁਲਾਉਂਦਾ ਉਹਨੂੰ ਕਹਿੰਦਾ 10 ਵਜੇ ਆ ਮੇਰੇ ਘੋੜੇ ਦੇ ਬਾਰੇ ਨਹੀਂ ਤੇ ਤੇਰੀ ਮਗਰਦਨ ਉਡਾ ਦੇਣੀ ਆ ਉਹਨੇ ਕਿਹਾ ਬਾਦਸ਼ਾ ਸਲਾਮਤ ਬਿਲਕੁਲ ਠੀਕ ਕਹਿ ਰਿਹਾ ਬੰਦਾ ਕਿਉਂਕਿ ਜੇ ਅਗਰ ਤੁਸੀਂ ਘੋੜੇ ਰੱਖੇ ਨੇ ਤੁਸੀਂ ਸਮਝੋਗੇ ਕਿ ਘੋੜਿਆਂ ਦੀਆਂ ਮਾਂ ਔਰ ਪਿਓ ਦੀ ਤਰਫੋਂ ਸ਼ਜਰਾ ਚੱਲਦਾ ਉਹਨੇ ਕਿਹਾ ਬੰਦਾ ਕਹਿ ਰਿਹਾ ਘੋੜਾ ਨਸਲੀ ਨਹੀਂ ਤੇ ਦੱਸ ਘੋੜਾ ਨਸਲੀ ਨਹੀਂ ਉਹਨੇ ਕਿਹਾ ਬਾਦਸ਼ਾ ਸਲਾਮਤ ਵਾਕਿਆ ਗੱਲ ਠੀਕ ਹੈ ਕਿ ਇਹ ਜਦੋਂ ਘੋੜਾ ਹੋਇਆ ਸੀ ਨਾ ਇਹਦੀ ਮਾਂ ਮਰ ਗਈ ਸੀ ਹੂੰ ਇਹਨੂੰ ਗਾਂ ਦਾ ਦੁੱਧ ਪਿਲਾਇਆ ਗਿਆ ਇਹਨੇ ਆਪਣੀ ਮਾਂ ਦਾ ਘੋੜੀ ਦਾ ਦੁੱਧ ਨਹੀਂ ਪੀਤਾ ਬਾਦਸ਼ਾਹ ਨੂੰ ਪੁੱਛਦਾ ਉਸ ਬੰਦੇ ਨੂੰ ਕਿ ਤੈਨੂੰ ਕਿੰਜ ਪਤਾ ਚੱਲਿਆ ਬਈ ਉਹਨੇ ਕਹੇ ਬਾਦਸ਼ਾਹ ਸਲਾਮਤ ਇਹ ਜਿਹੜਾ ਅਸਲੀ ਘੋੜਾ ਹੁੰਦਾ ਨਾ ਉਹ ਘਾਹ ਨੂੰ ਥਲੀਆਂ ਚੁਗਦਾ ਚਰਦਿਆਂ ਤੇ ਮੂੰਹ ਉੱਪਰ ਕਰਕੇ ਇਹਨੂੰ ਉੱਪਰ ਲਿਆ ਕੇ ਤੇ ਫਿਰ ਉਹਨੂੰ ਆਪਣੇ ਗਲੇ ਦੇ ਨਾਲ ਪੇਟ 'ਚ ਲੈ ਕੇ ਜਾਂਦਾ ਤੇਰੇ ਵਾਲਾ ਜਿਹੜਾ ਘੋੜਾ ਸੀ ਨਾ ਇਹ ਥਲੀ ਨੂੰ ਚਰਦਾ ਤੇ ਗਾਈਆਂ ਤਰ੍ਹਾਂ ਹੀ ਥਲੀ ਨੂੰ ਸਾਂ ਤਰੂਈ ਜਾਂਦਾ ਮਸੇ ਗਾਈਆਂ ਮੱਜਾਂ ਮੂੰਹ ਤੇ ਨਹੀਂ ਕਰਦੀਆਂ ਥਲੀ ਨੂੰ ਚਰੀ ਜਾਂਦੀਆਂ ਨੇ ਤੇ ਆਪਣੇ ਮੇਦੇ ਚ ਛੁੱਟੀ ਜਾਂਦੀਆਂ ਨੇ ਜਦਕਿ ਜਿਹੜਾ ਨਸਲੀ ਘੋੜਾ ਹੁੰਦਾ ਉਹ ਥਲੀ ਨੂੰ ਚਰ ਕੇ ਮੂੰਹ ਤੇ ਕਰਕੇ ਤੇ ਫੇਰ ਆਪਣੇ ਮੇਦੇ ਚ ਲੈ ਕੇ ਜਾਂਦਾ ਬਾਦਸ਼ਾਹ ਬਹੁਤ ਖੁਸ਼ ਹੁੰਦਾ ਉਹਦੇ ਤੋਂ ਉਹਦੇ ਘਰ ਅਨਾਜ ਦਾ ਜਨਾਬ ਸਮਾਨ ਭੇਜ ਦਿੰਦਾ ਬੋਰੇ ਥੋੜੇ سلسلہ ਦਾ ਬਿੱਤਰ ਕਰ ਦਿੰਦਾ ਉਹਨੂੰ ਕਹਿੰਦਾ ਵੀ ਤੇਰੀ ਹੋਣ ਜਿਹੜੀ ਡਿਊਟੀ ਐ ਨਾ ਉਹ ਅਸਤਵਲ ਦੇ ਵਿੱਚੋਂ ਨਹੀਂ ਐ ਤੇਰੀ ਡਿਊਟੀ ਹੋਣ ਜਿਹੜੀ ਐ ਨਾ ਉਹ ਮੇਰੀ ਮਲਕਾ ਜਿਹੜੀ ਐ ਨਾ ਬੀਵੀ ਉਹਦੇ ਮਹਿਲ ਦੇ ਵਿੱਚ ਹੂੰ ਤੂੰ ਡਿਊਟੀ ਹੋਣ ਜਿਹੜੀ ਨਾ ਉੱਥੇ ਦੇਣੀ ਕਰਨੀ ਤੇ ਆ ਬੰਦੇ ਅੰਜ ਸੁਣਦੇ ਨੇ ਪਰ ਜਿਵੇਂ ਮੈਂ ਕੋਈ ਬਹੁਤ ਸੀਰੀਅਸ ਗੱਲ ਸੁਣਾ ਰਿਹਾ ਕੋਈ ਨਾਦਰਸ ਰਿਸਪਾਂਸ ਵੀ ਦੋ ਅੱਛਾ ਜੀ ਗੱਲ ਤਾਂ ਸੀਰੀਅਸ ਐ ਸੀਰੀਅਸ ਐ ਗੱਲ ਦੇ ਸਿਆਣੀ ਪਤੇ ਦੀ ਗੱਲ ਐ ਗੱਲ ਪਤੇ ਦੀ ਐ ਉਹ ਕੰਦਾ ਠੀਕ ਹੈ ਬਾਦਸ਼ਾਹ ਸਲਾਮਤ ਉਹ ਬੰਦਾ ਜਿਹੜਾ ਨਾ ਸਿਆਣਾ ਉਹ ਮਲਕਾ ਦੇ ਮਹਿਲ ਦੇ ਵਿੱਚ ਡਿਊਟੀ ਦੇਣੀ ਸ਼ੁਰੂ ਕਰ ਦਿੰਦਾ ਉੱਥੇ ਚੀਜ਼ਾਂ ਪਹੁੰਚਾ ਤਿਆਰੀ ਸ਼ਾਰੀ ਜੋ ਵੀ ਮਾਮਲਾਤ ਹੁੰਦੇ ਨੇ ਕੁਛ ਹਰਸੇ ਬਾਅਦ ਬਾਦਸ਼ਾਹ ਨੂੰ ਪੁੱਛਦਾ ਵੀ ਆ ਜਾ ਹਜ਼ਾਰਾ ਮੇਰੇ ਪਿਆਰਿਆ ਤੇ ਸੋਹਣਿਆ ਵਜ਼ੀਰਾ ਤੇ ਮੰਨੂ ਜਰਾ ਬੀਵੀ ਦੇ ਮਹਿਲ ਦੇ ਬਾਰੇ ਦੇ ਹਾਂ ਹਬਰ ਕਿ ਮੇਰੀ ਜਿਹੜੀ ਮਲਕਾ ਏ ਉਹਦੇ ਬਾਰੇ ਤੇਰਾ ਕੀ ਤਜਜ਼ੀਆ ਹੈ ਤੂੰ ਕੀ ਉਹਦੇ ਵਿੱਚ ਵੰਡ ਕੱਢੀ ਹੂੰ ਕਹਿੰਦਾ ਬਾਦਸ਼ਾਹ ਸਲਾਮਤ ਜਾਨ ਦੀ ਈਮਾਨ ਚਾਹੀਦੀ ਏ ਕਿਉਂਕਿ ਮੈਂ ਜਦੋਂ ਤੁਹਾਨੂੰ ਗੱਲ ਦੱਸਨੀ ਹੈ ਨਾ ਤਾਂ ਤੁਸੀਂ ਬਹੁਤ ਗੁੱਸੇ ਹੋਣਾ ਹਮਮ ਅਗਰ ਮੇਰੀ ਜਾਨ ਦੀ ਈਮਾਨ ਦਿੰਦੇ ਹੋ ਤਾਂ ਫਿਰ ਮੈਂ ਦੱਸਾਂਗਾ ਬਾਦਸ਼ਾਹ ਕਹਿੰਦਾ ਕੋਈ ਮਸਲਾ ਨਹੀਂ ਤੂੰ ਦੱਸ ਤੇਰੀ ਜਾਨ ਦੀ ਈਮਾਨ ਉਹਨੇ ਕਹ ਬਾਦਸ਼ਾਹ ਸਲਾਮਤ ਇਹ ਜਿਹੜੀ ਤੁਹਾਡੀ ਬੀਵੀ ਹੈ ਨਾ ਉਹ ਠੀਕ ਹੋ ਰਾਣੀ ਹੈ ਉਹ ਮਲਕਾ ਹੈ ਹਮਮ ਲੇਕਿਨ ਉਹਦੀਆਂ ਹਰਕਤਾਂ ਜਿਹੜੀਆਂ ਨੇ ਨਾ ਉਹ ਸ਼ਹਿਜ਼ਾਦੀ ਵਾਲੀਆਂ ਨਹੀਂ ਹਮਮ ਉਹਦੇ ਅੰਦਰ ਜਿਹੜਾ ਰੀਅਲ ਪ੍ਰਿੰਸੈਸ ਹੈ ਨਾ ਮਲਕਾ ਉਹ ਨਹੀਂ ਹਮ ਬਾਦਸ਼ਾਹ ਨੂੰ ਬਹੁਤ ਗੁੱਸਾ ਲੱਗਦਾ ਉਹ ਸਨੇਹਾ ਭੇਜਦਾ ਆਪਣੀ ਸਾਸ ਨੂੰ ਜਿਹੜੀ ਹੈ ਨਾ ਦੂਸਰੀ ਰਿਆਸਤ ਦੇ ਜਿਹੜੀ ਬਾਦਸ਼ਾਹ ਦੀ ਮਲਕਾ ਨਹੀਂ ਹੁੰਦੀ ਉਹਨੂੰ ਬੁਲਾ ਲੈਂਦਾ ਉਹਨੂੰ ਕਹਿੰਦਾ ਉਹ ਆਂਦੀ ਉਹਨੂੰ ਪੁੱਛਦਾ ਵੀ ਦੱਸ ਇੱਕ ਕੁੜੀ ਜਿਹੜੀ ਹੈ ਇਹ ਮੇਰੀ ਬੀਵੀ ਹੈ ਤੇ ਤੇਰੀ ਧੀ ਨਹੀਂ ਉਹ ਕਹਿੰਦੀ ਨਹੀਂ ਮੇਰੀ ਧੀ ਹੈ ਕਹਿੰਦਾ ਮੈਂ ਗਰਦਨ ਉਡਾ ਦੇਣੀ ਹੈ ਮੇਰੇ ਬੜਾ ਘਾਰੇ ਖਾਸ ਬੰਦਾ ਜਿਹਨੇ ਮੈਨੂੰ ਇਹਦੇ ਬਾਰੇ ਦੱਸਿਆ ਤੇ ਦੱਸ ਕੌਣ ਹੈ ਉਹ ਗਾਂਧੀ ਪੁੱਤਰ ਤੈਨੂੰ ਗੱਲ ਦੱਸਨੀ ਆ ਆਖੀ ਕੁਝ ਨਾ ਕਹਿੰਦਾ ਦੱਸ ਕਹਿੰਦੀ ਜਿੱਦੋਂ ਅੱਲਾ ਨੇ ਸਾਨੂੰ ਬੇਟੀ ਦਿੱਤੀ ਨਾ ਤੇ ਤੇਰੇ ਵਾਲਦ ਦੇ ਨਾਲ ਅਸੀਂ ਰਿਸ਼ਤਾ ਕਰ ਦਿੱਤਾ ਇਹਦਾ ਕਿਉਂਕਿ ਉਸ ਦੌਰ ਦੇ ਵਿੱਚ ਬੱਚਾ ਪੈਦਾ ਹੁੰਦਾ ਜਿਹੜਾ ਇਹ ਨਾ ਬਾਦਸ਼ਾਹਵਾਂ ਦੇ ਘਰ ਉਹਨਾਂ ਦੇ ਰਿਸ਼ਤੇ ਕਰ ਦਿੱਤੇ ਜਾਂਦੇ ਸਨ ਹੂੰ ਇਹ ਕੁੜੀ ਜਿਹੜੀ ਹੈ ਨਾ ਸਾਨੂੰ ਜਿਹੜੀ ਅੱਲਾ ਨੇ ਦਿੱਤੀ ਸੀ ਜਿਹਦਾ ਰਿਸ਼ਤਾ ਕੀਤਾ ਸੀ ਉਹ ਕੁੜੀ ਮਰ ਗਈ ਸੀ ਹੂੰ ਤੇ ਅਸੀਂ ਤੁਹਾਡੇ ਨਾਲ ਰਿਸ਼ਤੇਦਾਰੀ ਕੈਮਰ ਖਣ ਵਾਸਤੇ ਸਾਡੀ ਇੱਕ ਮੁਲਾਜ਼ਮਾ ਸੀ ਉਹਦੀ ਵੀ ਉਹਨਾਂ ਦਿਨਾਂ ਦੇ ਅੰਦਰ ਜਿਹੜੀ ਹੈ ਨਾ ਇੱਕ ਬੇਟੀ ਹੋਈ ਸੀ ਤੇ ਅਸੀਂ ਉਹਨੂੰ ਪਾਲ ਕੇ ਨਾ ਫਿਰ ਉਹ ਜਵਾਨ ਆਪਣੇ ਆਪਣੇ ਨਾਂ ਤੇ ਕਰ ਲਈ। ਹੂੰ। ਤੇ ਉਹ ਸ਼ਾਦੀ ਤੇਰੀ ਫਿਰ ਜਿਹੜੀ ਹੈ ਨਾ ਕਿਉਂਕਿ ਇਹਨੂੰ ਪਾਲਿਆ ਸੀ ਲੇਕਿਨ ਨਾ ਸਾਡਾ ਤੁਹਮ ਜਿਹੜਾ ਸੀ ਨਾ ਸਾਡੇ ਸੋਲਬ ਚ ਨਹੀਂ ਸੀ। ਕਹਿੰਦਾ ਠੀਕ ਹੈ ਜਾਓ ਤੁਸੀਂ। ਉਹਨੂੰ ਬੁਲਾਉਂਦਾ ਉਹਨੂੰ ਪੁੱਛਦਾ ਓਏ ਖੁਦਾ ਦੇ ਆ ਬੰਦਿਆ। ਓਏ ਤੂੰ ਦੱਸ ਤੈਨੂੰ ਕਿੰਜ ਪਤਾ ਚੱਲਿਆ? ਕਹਿੰਦਾ ਬਾਦਸ਼ਾਹ ਸਲਾਮਤ। ਉਹ ਇੱਕ ਮਾਲ ਦੇ ਵਿੱਚ ਤੇ ਆਇਆ ਸੀ। ਉਹ ਮੁਲਾਜ਼ਮਾਂ ਤੇ ਅੰਜ ਝਿੜਚੜ ਕੇ ਪੈਂਦੀ ਸੀ ਕਿ ਉਹਦੇ ਅੰਦਰ ਉਹ ਪ੍ਰਿੰਸ ਜਿਹੜਾ ਸੀ ਨਾ ਸ਼ਹਜ਼ਾਦੀਆਂ ਵਾਲਾ ਉਹਦਾ ਉਹਦੀ ਦਾਖ ਹੀ ਨਹੀਂ ਸ਼ਹਜ਼ਾਦੀਆਂ ਵਾਲੀ ਉਹਦੀਆਂ ਹਰਕਤਾਂ ਤੋਂ ਲੱਗਦਾ ਹੈ ਜਿਹੜੀਆਂ ਹਰਕਤਾਂ ਐਕਸ਼ਨਸ ਹਨ ਨਾ ਜਿਹੜੇ ਉਹਦੇ ਜਿਹੜੇ ਉਹ ਕੰਮ ਕਰ ਰਹੀ ਸੀ ਕਰਦੀ ਸੀ ਜਾਂ ਜਿੰਝ ਕਰਵਾਉਂਦੀ ਸੀ ਉਹ ਤੁਯ ਮਲਕਾ ਨਹੀਂ ਸੀ ਲੱਗਦੀ ਬਾਦਸ਼ਾਹ ਫੇਰ ਉਹਦੇ ਘਰ ਜਨਾਬ ਉਹ ਤੋੜੇ ਨਾਜ ਦੇ ਤੇ ਰਸ਼ਨ ਰੁਸ਼ਨ ਜਿਹੜਾ ਨਾ ਪਛਾਣਨਾ ਸ਼ੁਰੂ ਕਰ ਦਿੱਤਾ ਬਾਦਸ਼ਾਹ ਨੂੰ ਕਹਿੰਦਾ ਵੀ ਹੁਣ ਤੇਰੀ ਡਿਊਟੀ ਜਿਹੜੀ ਹੈ ਨਾ ਚੌਧਰੀ ਉੰ ਮੇਰੇ ਨਾਲ ਇਹ ਉਧਿਆਨ ਚ ਰੱਖਿਓ ਕਿ ਬਾਦਸ਼ਾਹ ਦਿੰਦਾ ਉਹਨੂੰ ਕੀ ਕੀ ਹੈ ਪਿਆਦੇ ਬਦਲੇ ਕੀ ਦੇ ਰਿਹਾ ਉਹਨੂੰ ਨਾ ਮਸਾਂ ਪਹਿਲੇ ਵੀ ਰਾਸ਼ਨ ਰੋਟੀ ਪਾਣੀ ਦਿੰਦਾ ਰੋਟੀ ਪਾਣੀ ਦੇਈ ਜਾ ਰਿਹਾ ਉਹਨੂੰ ਹਾਂ ਰੋਟੀ ਪਾਣੀ ਉਹਦੇ ਘਰ ਵਧਾਈ ਜਾ ਰਿਹਾ ਤੀਸੀ ਦਫਾ ਉਹਨੂੰ ਕਹਿੰਦਾ ਕਿ ਤੂੰ ਜਿਹੜਾ ਨਾ ਮੇਰੇ ਨਾਲ ਮੇਰੇ ਮਾਸਜ ਡਿਊਟੀ ਕਰਨੀ ਹੈ ਕਹਿੰਦਾ ਠੀਕ ਹੈ ਬਾਦਸ਼ਾਹ ਸਲਾਮਤ ਉਹ ਕੁਝ ਦੇ ਰੋ ਉਹਨਾ ਡਿਊਟੀ ਕਰਦਾ ਬਾਅਦ ਚ ਉਹਨੂੰ ਪੁੱਛਦਾ ਅਰਸ ਜਦ ਗੁਜ਼ਰਦਾ ਨਾ ਕਹਿੰਦਾ ਆਹ ਮੈਂ ਜ਼ਰਾ ਵਜ਼ੀਰ ਉਹ ਨੂੰ ਸਰਦ ਲਾਇਆ ਦਾ ਕਹਿੰਦਾ ਦੱਸ ਮੇਰੇ ਬਾਰੇ ਤੇਰਾ ਕੀ ਹਾਲ ਹੈ ਹੂੰ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਜਾਣਦੀ ਮਾਨ ਪਾਵਾਂਗਾ ਤੋ ਫੇਰ ਗੱਲ ਦੱਸਾਂਗਾ ਕਹਿੰਦਾ ਜਾਣਦੀ ਮਾਨ ਨੇ ਤੈਨੂੰ ਅੱਗੇ ਵੀ ਨਹੀਂ ਮਾਰਿਆ ਹੁਣ ਵੀ ਨਹੀਂ ਮਾਰਾਂਗਾ ਦੱਸ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਵੀ ਜਿਹੜੇ ਉਹਨੇ ਮੈਨੂੰ ਬਾਦਸ਼ਾਹ ਕੋ ਨਹੀਂ ਲੱਗਦੇ ਬਾਦਸ਼ਾਹ ਹੈ ਉਹ ਤੁਸੀਂ ਪਰ ਬਾਦਸ਼ਾਹ ਦੇ ਪੁੱਤਰ ਨਹੀਂ ਐਸਾ ਪਰ ਇਹ ਨਹੀਂ ਤੁਸੀਂ ਕਿ ਕਿ ਰਿਆਸਤ ਚਲਾ ਰਹੇ ਹੋ ਲੇਕਿਨ ਬਾਦਸ਼ਾਹ ਦੇ ਪੁੱਤਰ ਤੁਸੀਂ ਨਹੀਂ ਨਹੀਂ ਲੱਗਦੇ ਉਹ ਬੜਾ ਪਰੇਸ਼ਾਨ ਹੁੰਦਾ ਹੈ ਕਿ ਪਹਿਲੇ ਤੋਂ ਦੂਜੇ ਪਾਸੇ ਡਟਾ ਸੀ ਤੇ ਅੱਜ ਮੇਰੇ ਤੋਂ ਹੀ ਨਵਾਂ ਕਟਾ ਖਲਾ ਨਵਾਂ ਕਟਾ ਖੋਲ ਦਿੱਤਾ ਉਹਨੇ ਲੇਕਿਨ ਉਹ ਮੁੰਡਾ ਚੁੱਕੇ ਜਿਹੜਾ ਬਾਦਸ਼ਾਹ ਸੀ ਸ਼ਹਿਜ਼ਾਦਾ ਉਹ ਥੋੜਾ ਸਮਝਦਾਰ ਸਿਆਣਾ ਸੀ ਉਹਨੇ ਕਿਹਾ ਠੀਕ ਹੈ ਇਹਨੂੰ ਵੀ ਵੈਰੀਫਾਈ ਕਰਨੇ ਆ ਇਹਨੂੰ ਚੈੱਕ ਕਰਨੇ ਆ ਆਪਣੀ ਮਾਂ ਨੂੰ ਪੁੱਛਦਾ ਵਾਪਸ ਆ ਕੇ ਕਿ ਐ ਦੱਸੋ ਕਿ ਮੈਂ ਤੁਹਾਡਾ ਪੁੱਤਰ ਹਾਂ ਉਹਨੇ ਕਿਹਾ ਤੂੰ ਪੁੱਤਰ ਹੈ ਕਹਿੰਦਾ ਨਹੀਂ ਗਰਦਨ ਵੜਾ ਦਿਆਂਗਾ ਮਾਈਏ ਸੱਚੀ ਗੱਲ ਦੱਸ ਤੂੰ ਮੈਨੂੰ ਜਨਮ ਦਿੱਤਾ ਮਾਈ ਕਾਂਦੀ ਜੇ ਤੈਨੂੰ ਫਿਰ ਗੱਲ ਸੁਣਨੀ ਆ ਤਾਂ ਸੁਣ ਬਾਦਸ਼ਾਹ ਜਿਹੜੀ ਐ ਨਾ ਉਹ ਬੇਟੇ ਤੂੰ ਚੱਲਦੀ ਅੱਗੇ ਤੂੰ ਚੁਕੇ ਹੋਇਆ ਹੁੰਦਾ ਨਹੀਂ ਸੀ ਮਤਲਬ ਔਲਾਦ ਨਹੀਂ ਸੀ ਸਾਡੀ ਨਾ ਹੂੰ ਤੇ ਤੇਰੇ ਦਾਦੇ ਨੇ ਤਨ ਮੇਰੇ ਸ਼ੋਹਰ ਨੂੰ ਤੇ ਮੰਨੂੰ ਇੱਕ ਹੋਰ ਰਿਆਸਤ ਚ ਭੇਜਿਆ ਕੋਜਰ ਸੇ ਵਾਸਤੇ ਹੂੰ ਕਿ ਤੁਸੀਂ ਜਦੋਂ ਆਣਾ ਹੈ ਤਾਂ ਉਥੋਂ ਕੋ ਬੱਚਾ ਨਾਲ ਲੈ ਕੇ ਆਣਾ ਅਸੀਂ ਉਥੇ ਚਲੇ ਗਏ ਕਾਫੀ ਅਰਸਾ ਰੇ ਅੱਲਾ ਨੇ ਔਲਾਦ ਕੋਈ ਨਾ ਦਿੱਤੀ ਅਸੀਂ ਉਥੋਂ ਕਮਿਹਾਰਾਂ ਕਮਿਹਾਰ ਸੰਜਿਨਾ ਦੇ ਕੋਲ ਅਸੀਂ ਰਹਨੇ ਸੋ ਉਹਨਾਂ ਨੂੰ ਅਸੀਂ ਦਾਸ ਆ ਗਿਆ ਅਸੀਂ ਬਾਦਸ਼ਾਹ ਉਹਨਾਂ ਦੇ ਬੱਚਾ ਹੋਇਆ ਤੋ ਅਸੀਂ ਉਹਨਾਂ ਕੋਲ ਲੈ ਕੇ ਤੇ ਪਾਲਿਆ ਤੈਨੂੰ ਤਾਂ ਜਦੋਂ ਤੂੰ 2-3 ਸਾਲ ਦਾ ਹੋਇਆ ਤਾਂ ਅਸੀਂ ਵਾਪਸ ਆਏ ਤਾਂ ਅਸਾਂ ਆਖਿਆ ਕਿ ਹੇ ਪੁੱਤਰ ਸਾਡਾ ਵੇ ਤੇਰੀ ਪਰਵਰਸ਼ ਕੀਤੀ ਜਵਾਨ ਕੀਤਾ ਬੜੇ ਲਾਡ ਪਿਆਰ ਦੇ ਨਾਲ ਫਿਰ ਤੂੰ ਬਾਦਸ਼ਾਹ ਬਣ ਗਿਆ ਫਿਰ ਤੇਰੀ ਸ਼ਾਦੀ ਕਰ ਦਿੱਤੀ ਤੇਰਾ ਸਿਲਸਿਲਾ ਚੱਲਦਾ ਰਿਹਾ ਕਹਿੰਦਾ ਬਸ ਠੀਕ ਹੋ ਗਿਆ ਮਾਂ ਜੀ ਕੋਈ ਗੱਲ ਨਹੀਂ ਉਹਨੂੰ ਬੁਲਾਉਂਦਾ ਕਹਿੰਦਾ ਉਹ 10000 ਤੰਨੂੰ ਕਿੰਜ ਪਤਾ ਚਲਿਆ ਕਿ ਮੈਂ ਬਾਦਸ਼ਾਹ ਨਹੀਂ ਕਹਿੰਦਾ ਮਾਫੀ ਚਾਹੁੰਦੇ ਆ ਜਨਾਬ ਫੇਰ ਇਹ ਗੁੱਸਾ ਨਾ ਕਰਿਓ ਅੱਜ ਜਦਵੇਂ ਕੋਈ ਅਚੀਵਮੈਂਟ ਹੋਈ ਹੈ ਨਾ ਤਾਂ ਤੁਸੀਂ ਮੇਰੇ ਘਰ ਰਾਸ਼ਨ ਹੀ ਜੜਾਣਾ ਰਾਸ਼ਨ ਹੀ ਦਿੰਦੇ ਨੇ ਦਾਣੇ ਹੀ ਦਿੰਦੇ ਨੇ ਉਬਾਦ ਸ਼ਮਾਂ ਦਾ ਜ਼ਰਫੰਦ ਹੈ ਕਿ ਹੀਰੇ ਜਵਾਹਰਾਤ ਵੱਡੇ ਹੋਦੇ ਲੈਵਲ ਕਰਦੇ ਨੇ ਤੇ ਤੁਸੀਂ ਰੋਟੀ ਵਾਲੀ ਹੱਥ ਰੱਖਿਆ ਤੇ ਕੁਝ ਲੋਕ ਹੁੰਦੇ ਨੇ ਜਿਹੜੇ ਸਿਰਫ ਰੋਟੀ ਖਵਾ ਲ ਕੇ ਬੰਦ ਨੂੰ ਕਹਿੰਦੇ ਨੇ ਬਸ ਰਾਜੀ ਹੋ ਗਿਆ ਬਾਕੀ ਉਹਨਾਂ ਦੇ ਜਿਹੜੇ ਮੁਸ਼ਕਲ ਮਸਲੇ ਨੇ ਉਹਨਾਂ ਦੇ ਵਿੱਚ ਹੈਲਪ ਦੀ ਜ਼ਰੂਰਤ ਹੁੰਦੀ ਉਹਦੇ ਚ ਮਦਦ ਨਹੀਂ ਕਰਦੇ ਕਹਿੰਦੇ ਰੋਟੀ ਖਵਾ ਲਈ ਬਸ ਕੰਮ ਠੀਕ ਹੋ ਗਿਆ ਜ਼ਰੂਰਤਮੰਦ ਜੇ ਅਗਰ ਤੇ ਕਹਾਣੀਆਂ ਛ ਲੱਗੀ ਹੈ ਤਾਂ ਲਾਜ਼ਮੀ ਨੂੰ ਲਾਈਕ ਸ਼ੇਅਰ ਕਰਿਓ ਬਹੁਤ ਸ਼ੁਕਰੀਆ